ਮਿਹਰਬਾਨੀ ਜਿਹੜੀ ਅੜੀ ਨਾ ਕਰੇ ਪੰਚਾਇਤੀ ਗੱਲ ਖਰੀ ਨਾ ਕਰੇ ਹਰਦਾ ਨੀ ਉਂਝ ਬੰਦਾ ਸਾਰੀ ਜ਼ਿੰਦਗੀ ਆਪਰ ਬੰਦੇ ਨੂੰ ਹਰਾਉਂਦੀਆਂ ਨੇ ਮਜਬੂਰੀਆਂ ਕੋਈ ਵੱਟ ਕੇ ਨੀ ਵੱਟਾ ਲਾਟ ਸਾਹਿਬ ਬਣਦਾ ਮੈਂ ਕਿਹਾ ਸ਼ਾਮ ਲਾਟ ਦੱਬ ਕੇਣਾ ਭੈਣ ਪੂਰੀਆਂ ਕਹਿੰਦਾ ਕਿ ਮਾੜੇ ਨੂੰ ਦਬਕਾਉਣਾ ਜੋ ਪਹਿਲਾਂ ਹੀ ਘਾਬਰਦਾ ਆਉਂਦਾ ਫਿਰ ਸਵਾਦ ਜੇ ਅੱਗੇ ਹੋਵੇ ਪੁੱਤ ਬਰਾਬਰ ਦਾ ਨਹੀਂ ਸੂਰਮਾ ਸੋਂਦਾ ਮਾੜੇ ਤੇ ਚੱਕਦਾ ਤਲਵਾਰਾਂ ਨੂੰ ਵਿਆਹ ਕਰਵਾ ਕੇ ਯਾਰ ਹੰਡਾਉਣੇ ਫੱਪਦੇ ਨਾ ਮੁਟਿਆਰਾਂ ਨੂੰ ਮੁਟਿਆਰਾਂ ਨੂੰ ਜਾਂ ਪਏ ਵੀ ਕਹਿ ਸਕਦੇ ਹਾਂ ਕਹਿੰਦਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ ਮੈਨੂੰ ਲੱਗਦਾ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਨਾ ਉਹ ਭੁੱਲ ਜਾਂਦੇ ਵੀ ਸਾਡੇ ਘਰੇ ਵੀ ਹੈਗੀ ਆ ਕਹਿੰਦਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ ਹੁੰਦੀ ਯਾਰ ਮਾਰਦਾ ਆਈ ਵਿੱਚ ਪਿਆਰਾ ਗੁੱਡੀ ਸਦਾ ਸਿਖਰ ਤੇ ਚੜੀ ਕਿਸੇ ਦੀ ਰਹਿੰਦੀ ਨਾ ਰਹਿੰਦੀਆਂ ਸਮੇਂ ਸਮੇਂ ਨਾਲ ਬਦਲਦੀਆਂ ਸਰਕਾਰਾਂ ਸੋਹੀਗੀ ਤੁਹਾਡੀ ਨਜ਼ਰ ਹੁਕਾਂ ਦੀ ਉਹ ਜਵਾਨੀ ਜਿਹੜੀ ਅੜੀ ਨਾ ਕਰੇ ਬੰਦੇ ਨੂੰ ਹਰਾਉਂਦੀਆਂ ਨੇ ਮਜਬੂਰੀਆਂ ਕੇ ਵੱਟਾ ਲਾਲ ਸਾਹਿਬ ਬਣਦਾ ਪੈਣਾ ਨਾਮ ਨਹੀਂ ਉਹ ਰਹਿੰਦਾ ਕੋਈ ਸਾਰੀ ਜ਼ਿੰਦਗੀ ਨਾਮ ਨਹੀਂ ਉਹ ਰਹਿੰਦਾ ਕੋਈ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਨਾ ਰਹਿਣੀ ਤੇ ਮਸ਼ਹੂਰੀ ਕੋਈ ਵੱਟ ਕੇ ਨਹੀਂ ਵੱਟਾ ਲਾਟ ਸਾਹਿਬ ਬਣਦਾ ਅੱਜ ਸ਼ਾਮ ਨਾਲ ਟੱਪ ਕੇ ਨਾ ਪੈਰ ਪੂਰੀਆਂ ਕੋਈ ਵੱਟ ਕੇ ਨਹੀਂ ਵੱਟਾ ਲਾਟ ਸਾਹਿਬ ਬਣਦਾ ਅੱਜ ਸ਼ਾਮ ਨਾਲ ਟੱਪ ਕੇ ਨਾ ਪੈਰ ਪੂਰੀਆਂ Oh
ਉਹੀ ਚੋਰ ਦੀ ਹਾਂ ਮੈਂ ਮਾੜੀ ਏ, ਘਰ ਪੱਟ ਦਿੰਦੀ ਨਸ਼ੇ ਦੀ ਬਲੈਕ ਮਾੜੀ ਏ। ਸਾਈਂ ਜੀ ਗੱਲ ਕਰਨੀ ਬਣਦੀ ਵੀ ਹੈ ਪਰ ਮੇਰੀ ਆਦਤ ਹੈ ਮੈਂ ਗੱਲ ਕਰ ਜਾਂਦੀ ਹਾਂ, ਪਰ ਇਹ ਤਾਂ ਗੱਲ ਕਰਨੀ ਵਾਕਈ ਬਣਦੀ ਹੈ। ਮੈਨੂੰ ਤਾਂ ਲੱਗਦਾ ਸੀ ਕਿ ਅਮਨ ਰੋਜ਼ੀ ਨਾਮ ਦੀ ਪੰਜਾਬ 'ਚ ਇਕੱਲੀ ਮੈਂ ਹੀ ਹਾਂ, ਪਰ ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਕੋਈ ਹੋਰ ਵੀ ਹੈਗੀ ਹੈ। ਇੱਕ ਖਬਰ ਜੀ ਚੱਲੀ ਜਾਂਦੀ ਹੈ, ਮੀਡੀਆ ਵਾਲਿਆਂ ਨੇ ਕੱਲ੍ਹ ਤਾਂ ਮੇਰਾ ਫੋਨ ਕਰ ਕਰਕੇ ਬੁਰਾ ਹਾਲ ਕਰਤਾ। ਮੈਨੂੰ ਤਾਂ ਸੀ ਕਿ ਅੱਧਿਆਂ ਨੂੰ ਇਹ ਹੋਣਾ ਕਿ ਅੱਜ ਤਾਂ ਅਮਨ ਰੋਜ਼ੀ ਆਉਂਦੀ ਨਹੀਂ, ਅਮਨ ਰੋਜ਼ੀ ਤਾਂ ਅਰੈਸਟ ਕੀਤੀ ਹੋਈ ਹੈ। ਬੜੀ ਵੱਡੀ ਨਿਊਜ਼ ਲਾਤੀ ਜੀ ਕਿਸੇ ਨੇ ਵੀ ਇੰਨੇ ਇੰਨੇ ਫਲਾਣੇ ਫਲਾਣੇ ਚਿੱਟੇ ਚੁੱਟੇ ਦੇ ਨਾਲ ਫੜੀ ਗਈ। ਕੋਈ ਨਵੇਂ ਸ਼ਹਿਰ ਦੀ ਹੋਈ ਕੁੜੀ ਹੈ, ਉਹਦਾ ਨਾਮ ਵੀ ਅਮਨ ਰੋਜ਼ੀ ਹੈ। ਪਰ ਮੈਂ ਹੈਰਾਨ ਹਾਂ, ਕਈ ਤਾਂ ਮੀਡੀਆ ਸਾਡਾ ਸਾਥ ਬਹੁਤ ਦਿੰਦਾ, ਲੇਕਿਨ ਕੁਛ ਮੀਡੀਆ ਇਹੋ ਜਿਹਾ ਕਿ ਜਿਨ੍ਹਾਂ ਨੂੰ ਸਿਰਫ ਨਾ ਪੈਸੇ ਦਾ ਹੀ ਲਾਲਚ ਹੈ ਕਿ ਆ ਪੈਸਾ ਹੀ ਕਮਾਉਣਾ, ਆਪਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਦੇਖਣੀ, ਆਪਾਂ ਵੀ ਇਹ ਕਿਸੇ ਦੀ ਧੀ ਹੈ ਕੁਛ ਵੀ ਚੱਕ ਕੇ ਲਿਖ ਦਿਓ। ਜਦੋਂ ਮੈਨੂੰ ਮੀਡੀਆ ਦੇ ਫੋਨ ਆਏ ਮੈਂ ਕਿਹਾ ਤੁਹਾਨੂੰ ਦੇਖਦਾ ਨਹੀਂ ਪਿਆ ਵੀ ਤੁਹਾਡਾ ਫੋਨ ਮੈਂ ਚੱਕ ਰਹੀ ਹਾਂ, ਵੀ ਮੈਂ ਕਿੱਥੇ ਹੋਊਂਗੀ। ਮੈਂ ਕਿਹਾ ਬਾਹਲੀ ਗੱਲ, ਕੱਲ੍ਹ ਮੈਨੂੰ ਲਾਈਵ ਦੇਖ ਲਿਓ ਭਾਈ। ਚਲੋ ਅੱਜ ਸੁੱਖ ਨਾਲ ਨਿਊਜ਼ ਪੇਪਰ 'ਚ ਵੀ ਆ ਗਿਆ, ਉਹ ਵਿਚਾਰੀ ਕੋਈ ਕੁੜੀ ਹੋਰ ਸੀ। ਮੈਂ ਤਾਂ ਹੁਣ ਤੱਕ ਇਹੀ ਸਮਝਦੀ ਸੀ ਕਿ ਅਮਨ ਰੋਜ਼ੀ ਇਕੱਲਾ ਮੇਰਾ ਨਾਮ ਹੀ ਹੈ, ਵੀ ਹੋਰ ਵੀ ਹੈਗੀਆਂ ਬਥੇਰੀਆਂ। ਪਰ ਮੈਂ ਕਹੂੰਗੀ ਇਹੋ ਜਿਹਾ ਪੈਸਾ ਫਲਣਾ ਨਹੀਂ ਭਰਾਵੋ। ਪਰ ਜਦੋਂ ਵੀਡੀਓ ਦੇ ਨੀਚੇ ਲੋਕਾਂ ਨੇ ਕਮੈਂਟ 'ਚ ਲਾਣ ਤਾਂ ਪਾਈਆਂ ਨਾ ਨਿਊਜ਼ ਚੈਨਲ ਵਾਲੇ ਨੂੰ ਬਹੁਤ, ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੂੰ ਇੱਦਾਂ ਦੀ ਗਲਤ ਨਿਊਜ਼ ਪਾ ਰਿਹਾ ਉਸ ਆਰਟਿਸਟ ਦੇ ਖਿਲਾਫ। ਉਹ ਬੰਦੇ ਨੇ ਵੀਡੀਓ ਡਿਲੀਟ ਨਹੀਂ ਕੀਤੀ, ਕਮੈਂਟ ਬੰਦ ਕਰਤੇ। ਲੱਖ ਕਮਾ ਲਏਗਾ, 2 ਲੱਖ ਕਮਾ ਲਏਗਾ ਉਹ ਬੰਦਿਆ, ਉਹ ਦੇਖ ਜਿਹੜਾ ਉੱਪਰ ਕੈਮਰਾ ਲਾਈ ਬੈਠਾ, ਪਤਾ ਨਹੀਂ ਉਹ ਬਾਅਦ ਚੋਂ ਨਿਕਲਨੇ ਕਿੱਧਰ ਦੀ ਹੈ। ਮੇਰੀ ਆਤਮਾ ਨੂੰ ਕਿੰਨਾ ਦੁਖੀ ਕਰੇਗਾ, ਮੇਰੀ ਪਰਿਵਾਰ ਦੀ ਆਤਮਾ ਨੂੰ ਕਿੰਨਾ ਕੁ ਦੁਖੀ ਕਰੇਗਾ। ਪਰ ਇਹ ਨਿਕਲਦੇ ਬੜੇ ਭੈੜੇ ਹੁੰਦੇ ਇਹੋ ਜਿਹੇ ਕਮਾਏ, ਮੈਂ ਤੁਹਾਨੂੰ ਅੱਜ ਦੱਸ ਦਊਂ। ਕਿਸੇ ਦੀ ਸ਼ਾਨ ਦੇ ਖਿਲਾਫ ਕੁਛ ਵੀ ਲਿਖ ਦੇਣਾ, ਸੋ ਕੀ ਲਿਖਿਆ ਕੀਤੀ ਹੋਈ ਚੋਰ ਦੀ ਹਾਂ ਮੈਂ ਤੇ ਮਾੜੀ ਏ, ਘਰ ਪੱਟ ਦਿੰਦੀ ਨਸ਼ੇ ਦੀ ਬਲੈਕ ਮਾੜੀ ਏ। ਪਰ ਮੈਂ ਇੱਕ ਗੱਲ ਕਹਿੰਦੀ ਹਾਂ ਆਪਣੇ ਭਰਾਵਾਂ ਨੂੰ ਵੀ ਜਿਹੜੇ ਪਿੱਛੇ ਖੜੇ ਆ, ਭਰਾਵਾ ਹੁਣ ਬਚ ਕੇ ਸਮਾਂ ਖਰਾਬ ਹੈ, ਧਿਆਨ ਨਾਲ ਹੀ ਕਿਸੇ ਤੋਂ ਲੈ ਲੂਗੇ ਤੇ ਰਾਸਤੇ 'ਚ ਰੁਕਿਓ ਵੀ ਨਾ। ਮੈਨੂੰ ਲੱਗਦਾ ਕਈਆਂ ਦੀ ਨਜ਼ਰਾਂ 'ਚ ਆਪਾਂ ਆ ਚੁੱਕੇ ਹੋਏ ਹਾਂ। ਕੀਤੀ ਹੋਈ ਚੋਰ ਦੀ ਹਾਂ ਮੈਂ ਤੇ ਮਾੜੀ ਏ, ਘਰ ਪੱਟ ਦਿੰਦੀ ਨਸ਼ੇ ਦੀ ਬਲੈਕ ਮਾੜੀ ਏ, ਘਰ ਪੱਟ ਦਿੰਦੀ ਨਸ਼ੇ ਦੀ ਬਲੈਕ ਮਾੜੀ ਏ, ਅੱਖਾਂ ਦੀਆਂ ਖਰਾਕਾਂ ਨੀ ਤਰਨਾ ਟਾਈਮ ਤੇਰੀ ਏ। ਲਿਖਿਆ ਪਤਾ ਕੀ ਕੁਛ ਸੀ, ਉਹਦੇ ਪਿਤਾ ਜੀ ਵੀ ਗ੍ਰਿਫਤਾਰ, ਉਹਦਾ ਘਰ ਵਾਲਾ ਵੀ ਗ੍ਰਿਫਤਾਰ। ਚਾਰ ਘਰ ਵਾਲਾ ਤਾਂ ਪਤਾ ਨਹੀਂ ਕਿੱਥੇ ਬੈਠਾ, ਹਲੇ ਆਇਆ ਹੀ ਨਹੀਂ। ਫਾਦਰ ਸਾਹਿਬ ਮੇਰੇ 2020 ਚ ਚਲੇ ਗਏ ਸੀਗੇ। ਪਰ ਮੈਂ ਮੀਡੀਆ ਜਿਹੜਾ ਇਹੋ ਜਿਹਾ ਹੈਗਾ, ਸਾਰੇ ਨਹੀਂ ਇਹ ਤਾਂ ਸਾਡੇ ਭਰਾ ਨੇ, ਸੱਜੀਆਂ ਖੱਬੀਆਂ ਬਾਹਾਂ ਨੇ। ਮੈਂ ਤਾਂ
ਤੁਸੀਂ ਆਪਣੇ ਤਾਂ ਨਾ ਲੈ ਲਿਓ, ਕਿਉਂਕਿ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਬਸ ਕੁਛ ਮੀਡੀਆ ਇਹੋ ਜਿਹਾ ਹੈਗਾ ਜਿਹੜੇ ਆਪਣੇ ਪ੍ਰਾਈਵੇਟ ਚੈਨਲ ਬਣਾ ਕੇ ਸਿਰਫ ਆਪਣੇ ਚਾਰ ਕੁ ਛਿੱਲੜਾਂ ਦੇ ਲਈ ਬਹੁਤ ਕੁਛ ਕੁਛ ਕਰੀ ਜਾਂਦਾ। ਕੀਤੀ ਹੋਈ ਚੋਰ ਦੀ ਹਮੈਤ ਮਾੜੀ ਘਰ ਪੱਟ ਦਿੰਦੀ ਨਸ਼ੇ ਦੀ ਮਲੇਤ ਮਾੜੀ ਕੀਤੀ ਹੋਈ ਚੋਰ ਦੀ ਹਮੈਤ ਮਾੜੀ ਘਰ ਪੱਟ ਦਿੰਦੀ ਨਸ਼ੇ ਦੀ ਮਲੇਤ ਮਾੜੀ ਅੱਖਾਂ ਦੀਆਂ ਖਰਾਕਾਂ ਨਿਤਰ ਅੱਖਾਂ ਦੀਆਂ ਖਰਾਕਾਂ ਨਿਤਰ ਝੁੱਟ ਮਾਰ ਕਿੰਨੇ ਚੁੰਗੀਆਂ ਤੇ ਬੂੜੀਆਂ ਉਹੀ ਵੱਟ ਕੇ ਵੱਟਾ ਲਾ ਤੇ ਸਾਹਬ ਵਾਲਾ ਅੱਜ ਸ਼ਾਮ ਲੜਦਾ ਫੱਕੇ ਨਾ ਬਣਦਾ ਮੈਂ ਕਿਆ ਸ਼ਾਮ ਲੜਦਾ ਬਕੇੜਾ ਭੈਣ ਪੂਰੀਆਂ।